A South Asian Canadian channel. 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੀ ਦਿੱਤੀ ਗਈ ਕਾਲ ਨੂੰ ਲੈ ਕੇ ਧੂਰੀ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਧੂਰੀ ਦੇ 60 ਪਿੰਡਾਂ ਵਿੱਚ ਕਿਸਾਨ ਨੂੰ ਲਾਮਬੱਧ ਕਰਨ ਲਈ ਅਤੇ ਮੋਦੀ ਸਰਕਾਰ ਵੱਲੋਂ ਲਗਾਏ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਲੀ ਜਾਣ ਵਾਲੀ ਉਤਸ਼ਾਹਿਤ ਕਰਨ ਲਈ ਕਿਸਾਨਾਂ ਦੇ ਜੱਥੇ ਰਵਾਨਾ ਹੋਏ ਨੇ। ਇਸ ਮੌਕੇ ਵੱਖ ਵੱਖ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਜੇਕਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਧੂਰੀ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਕਿ 27 ਤਰੀਕ ਦਾ ਭਾਰਤ ਬੰਦ ਹੈ ਉਹਦਾ ਮੈਸੇਜ ਦੇਣ ਜਾ ਰਿਹਾ ਹੈ। ਸਾਡਾ ਜੇ ਘੱਟੋ ਘੱਟ 20 ਪਿੰਡਾਂ ਦਾ ਪ੍ਰੋਗਰਾਮ ਹੈ, 3 ਦਿਨਾਂ ਸਾਡਾ ਪ੍ਰੋਗਰਾਮ ਹੈ। ਇੱਥੋਂ ਹੁਣ ਅਸੀਂ ਚੱਲਾਂਗੇ ਬੇਨੜੇ ਤੋਂ ਲੱਡਾ ਕਾਂਜਲਾ ਵਗੈਰਾ ਹੋ ਕੇ ਅਸੀਂ ਅੱਜ ਘੱਟੋ ਘੱਟ 20 ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਉਤਸ਼ਾਹਿਤ ਕਰਾਂਗੇ ਕਿ 27 ਤਰੀਕ ਨੂੰ ਬੰਦ ਕਰਨਾ। ਜਿੰਨੀ ਦੇਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਦਿੱਲੀ ਦੀਆਂ ਬਹਿਰੂਆਂ 'ਤੇ ਸਾਡੇ ਕਿਸਾਨ ਵਾਪਸ ਨਹੀਂ ਆਉਂਦੇ, ਜਾਂ ਅਸੀਂ ਮਰਾਂਗੇ ਜਾਂ ਕਾਲੇ ਕਾਨੂੰਨ ਵਾਪਸ ਲੈ ਕੇ ਆਵਾਂਗੇ। ਵੀ ਜਿਹੜੀ ਸਾਡੀ ਮੋਦੀ ਸਰਕਾਰ ਹੈ, ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਉਹਨੂੰ ਜਿਹੜੀ ਕਿਸਾਨਾਂ ਦੀ ਦੇਸ਼ ਵਾਸੀਆਂ ਦੀ ਇੱਕ ਮੰਗ ਹੈ ਵੀ ਜਿਹੜੇ 3 ਕਾਲੇ ਕਾਨੂੰਨ ਬਗੈਰ ਲੋਕਾਂ ਦੀ ਰਾਏ ਤੋਂ, ਬਗੈਰ ਕਿਸਾਨਾਂ ਦੀ ਰਾਏ ਤੋਂ ਗਲਤ ਤਰੀਕੇ ਨਾਲ ਬਣਾਏ ਨੇ ਉਹ ਵਾਪਸ ਲੈ ਲਵੇ। ਲੋਕਾਂ ਦੇ ਵਿੱਚ ਗੁੱਸਾ ਜਾਇਜ਼ ਹੈ। ਸਮੇਂ ਸਮੇਂ ਸੰਯੁਕਤ ਮੋਰਚਾ ਕਾਲ ਦਿੰਦਾ। ਹੁਣ 27 ਤਰੀਕ ਦੀ ਮੂਹਰੇ ਜਿਹੜੀ ਆਉਣ ਵਾਲੀ 27 ਹੈ, ਇਹਨੂੰ ਭਾਰਤ ਬੰਦ ਦਾ ਇੱਕ ਕਾਲ ਦਿੱਤੀ ਵੀ ਹੈ। ਇਹ ਇਸ ਲੋੜ ਦੀ ਸਫਲ ਕਾਲ ਬਣਾਉਣ ਖਾਤਰ ਅਸੀਂ 60 ਪਿੰਡਾਂ ਦਾ ਦੌਰਾ ਕਰ ਰਹੇ ਹਾਂ। ਧੂਰੀ ਏਰੀਏ ਦੇ ਵਿੱਚ ਸਾਰੀਆਂ ਜਥੇਬੰਦੀਆਂ ਜਿਹੜੀਆਂ ਧੂਰੀ ਬਲਾਕ ਨਾਲ ਜੁੜੀਆਂ ਹੋਈਆਂ ਨੇ, 6-7 ਜਥੇਬੰਦੀਆਂ, ਇੱਕ ਇੱਕ ਆਗੂ ਸਾਰੀਆਂ ਜਥੇਬੰਦੀਆਂ ਦਾ ਆਗੂ ਹੈ। ਅਸੀਂ ਲੋਕਾਂ ਨੂੰ ਜਾ ਕੇ ਆਪਦੀ ਗੱਲ ਦੱਸਾਂਗੇ ਅਤੇ ਲੋਕਾਂ ਨੂੰ ਅਸੀਂ ਕਿੱਥੇ ਆਪਾਂ ਨੇ ਇਕੱਠੇ ਹੋਣਾ ਉਹ ਦੱਸਾਂਗੇ। ਜਿਹੜਾ ਸਾਡਾ ਦਿੱਲੀ ਦੇ ਵਿੱਚ ਅਣਮਿੱਥੇ ਦਾ ਮੋਰਚਾ ਚੱਲ ਰਿਹਾ ਹੈ, ਉਹਦੇ ਵਿੱਚ ਹੋਰ ਜੋਸ਼ ਭਰਨ ਖਾਤਰ, ਉਹਦੇ ਵਿੱਚ ਗਿਣਤੀ ਵਧਾਉਣ ਖਾਤਰ ਵੀ ਅਸੀਂ ਅੱਜ ਸੁਨੇਹ ਲਾਵਾਂਗੇ। ਲੋਕ ਸਾਰੇ ਕੰਮਾਂ ਤੋਂ ਇਹ ਕੰਮ ਨੂੰ ਜ਼ਰੂਰੀ ਸਮਝ ਰਹੇ ਨੇ ਵੀ ਅਸੀਂ ਕਾਲੇ ਕਾਨੂੰਨ ਰੱਦ ਕਰਵਾਉਣੇ ਨੇ।